ਇਹ ਸਭ ਕਰਨ ਵਾਸਤੇ ਬਹੁਤ ਵੱਡਾ ਜਿਗਰਾ ਚਾਹੀਦਾ, ਬਹੁਤ ਵੱਡਾ ਜਿਗਰਾ ਚਾਹੀਦਾ ਇੱਕ ਫੋਟੋ ਪਕੜਨ ਵਾਸਤੇ। ਰੀਅਲੀ ਮੈਂ ਆਪਣੇ ਆਪ ਨੂੰ ਸਟੇਬਲ ਕੀਤਾ ਸਿਰਫ ਇਹਨੂੰ ਇਨਸਾਫ ਦਿਵਾਉਣ ਲਈ, ਹੈ ਨਾ, ਅਤੇ ਮੈਂ ਚਾਹੁੰਦੀ ਹਾਂ ਮੇਰੇ ਬੱਚੇ ਨੂੰ ਇਨਸਾਫ ਮਿਲੇ। ਬੇਟੀ ਯਾਦ ਆਉਂਦੀ ਹੈ, ਬੇਟੀ ਦੇ ਉਹ ਗੱਲਾਂ, ਉਹ ਪਿਆਰ ਕਰਨਾ ਜਦੋਂ ਤੁਸੀਂ ਘਰ ਪਹੁੰਚਦੇ ਸੀ, ਤੁਹਾਨੂੰ ਮਿਲਣਾ। ਜੀ ਉਹ ਤਾਂ ਮੈਂ ਭੁੱਲ ਹੀ ਨਹੀਂ ਸਕਦਾ ਜੀ, ਉਹ ਕਿਵੇਂ ਉਹਨੇ ਇੱਕ, ਤੁਹਾਨੂੰ ਪਤਾ ਇੱਕ ਪਿਓ ਦੇ ਧੀ ਦਾ ਰਿਸ਼ਤਾ ਵੱਖਰਾ ਹੀ ਹੁੰਦਾ ਜੀ, ਇੱਕ ਉਹ ਤਾਂ ਕਦੇ ਵੀ ਨਹੀਂ ਭੁੱਲ ਸਕਦੇ ਜੀ। ਜੱਜ ਸਾਹਿਬ ਨੇ ਫੈਸਲਾ ਸੁਣਾ, ਸਾਰੀ ਸੰਗਤ ਦੀਆਂ ਅਰਦਾਸਾਂ ਨੇ, ਅੱਜ ਉਹ ਦਿਨ ਆਇਆ ਜੇ ਵੀ ਆਪਾਂ ਤਾਂ ਅਰਦਾਸ ਕਰਦੇ ਹਾਂ ਸੰਗਤ ਦੀ ਵੀ ਅਰਦਾਸ ਵਾਲੀ, ਉਹਨੂੰ ਫਾਂਸੀ ਦੀ ਸਜ਼ਾ ਹੋਵੇ। ਹੁਣ ਤਾਂ ਹਰ ਟਾਈਮ ਯਾਦ ਕਰਦੇ ਹਾਂ ਜੀ, ਕੋਈ ਦਿਨ ਐਸਾ ਹੈ ਹੀ ਨਹੀਂ ਜਿਸ ਦਿਨ ਉਹਨੂੰ ਨਾ ਯਾਦ ਕਰੀਏ, ਕੋਈ ਮੂਮੈਂਟ ਹੀ ਨਹੀਂ ਹੈ ਜੀ, ਕੋਈ ਪਲ ਨਹੀਂ ਜਿਸ ਟਾਈਮ ਉਹਨਾਂ ਨੂੰ ਨਾ ਯਾਦ ਕਰੀਏ। ਮੈਂ ਤਾਂ ਸੋਚਦਾ ਸੀਗਾ ਜੀ, ਮੈਂ ਘਰ ਵੀ ਗੱਲ ਕਰਦਾ ਹੁੰਦਾ ਸੀ, ਲੀਵੀ ਉਹਨੂੰ ਵੱਡੀ ਹੋ ਕੇ IPS ਬਣਾਵਾਂਗੇ ਜੀ, ਪਰ ਪਤਾ ਨਹੀਂ ਸੀ ਲੀਵੀ ਆਹ ਵੀ ਦਿਨ ਦੇਖਣੇ ਪੈਣਗੇ ਜੀ, ਲੀਵੀ ਉਹਨੇ ਇੱਦਾਂ ਇਹਨੂੰ ਮਾਰ ਦੂਗੀ ਜੀ। ਅਪੀਲ ਕਰੋ ਇਹਨੂੰ ਫਾਂਸੀ ਦੀ ਸਜ਼ਾ ਹੋਵੇ, ਕਿਉਂਕਿ ਇੱਦਾਂ ਦੇ ਕ੍ਰਿਮੀਨਲ ਲੋਕਾਂ ਨੂੰ ਸਮਾਜ ਵਿੱਚ ਰਹਿਣ ਦਾ ਹੱਕ ਨਹੀਂ ਹੋਣਾ ਚਾਹੀਦਾ, ਕਿਉਂਕਿ ਜਿਹੜਾ ਇਨਸਾਨ ਇਹ ਕ੍ਰਾਈਮ ਕਰ ਸਕਦਾ ਨਾ, ਉਹ ਬਾਹਰ ਆ ਕੇ ਬਾਕੀ ਸਭ ਕ੍ਰਾਈਮ ਉਹਦੇ ਲਈ ਛੋਟੇ ਆ। ਮਾਸੂਮ ਬੱਚੀ ਦਿਲਰੋਜ਼ ਨੇ ਇਸ ਦੁਨੀਆਂ ਨੂੰ ਅਲਵਿਦਾ ਕਹਿਤਾ ਸੀ, ਦਰਅਸਲ ਉਸਦਾ ਕਤਲ ਕੀਤਾ ਗਿਆ ਸੀ ਔਰ ਉਸ ਕਤਲ ਦਾ ਅੱਜ ਫੈਸਲਾ ਆਉਣਾ ਵੈ। ਮੇਰੇ ਨਾਲ ਉਸਦੇ ਪਿਤਾ ਜੀ ਮੌਜੂਦ ਨੇ, ਉਹਨਾਂ ਨਾਲ ਅਸੀਂ ਸਭ ਤੋਂ ਪਹਿਲਾਂ ਗੱਲ ਕਰਾਂਗੇ, ਕਿਉਂਕਿ ਇੱਕ ਬੇਟੀ ਆਪਣੇ ਪਿਓ ਨੂੰ ਸਭ ਤੋਂ ਜ਼ਿਆਦਾ ਪਿਆਰ ਕਰਦੀ ਹੁੰਦੀ ਔਰ ਪਿਓ ਦਾ ਪਿਆਰ ਸਭ ਤੋਂ ਜ਼ਿਆਦਾ ਬੇਟੀ ਨਾਲ ਹੁੰਦਾ ਵੈ, ਤਾਂ ਇਸ ਕਰਕੇ ਇੱਕ ਪਿਓ ਦੇ ਭਾਵਨਾਵਾਂ ਨੂੰ ਸਮਝਣਾ ਔਰ ਜਾਣਨਾ ਬਹੁਤ ਜ਼ਰੂਰੀ ਹੁੰਦਾ ਵੈ। ਸਰ ਉਹ ਦਿਨ ਸ਼ਾਇਦ ਤੁਸੀਂ ਵੀ ਨਹੀਂ ਭੁੱਲਦੇ ਔਰ ਅਸੀਂ ਵੀ ਨਹੀਂ ਭੁੱਲਦੇ ਕਿ ਇੱਕ ਮਾਸੂਮ ਬੱਚੀ ਨੇ ਆਪਣੀ ਜਾਨ ਗਵਾਈ ਸੀਗੀ, ਕੀ ਕਹਿਣਾ ਚਾਹੋਗੇ ਸਰ? ਅੱਜ ਕਹਿ ਰਹੇ ਨੇ ਕਿ ਜੱਜ ਸਾਹਿਬ ਫੈਸਲਾ ਦੇਣਗੇ ਜੀ। ਹਾਂਜੀ ਉਹ ਤਾਂ ਜੀ ਮੈਂ ਤਾਂ ਇਕੱਲਾ ਨਹੀਂ, ਪੂਰੀ ਵਰਲਡ ਨਹੀਂ ਭੁੱਲ ਰਿਹਾ ਜੀ, ਉਹ ਤਾਂ ਹੁਣ ਦਿਲਰੋਜ਼ ਮੇਰੀ ਨਹੀਂ ਸੀ, ਪੂਰੀ ਵਰਲਡ ਦੀ ਦਿਲਰੋਜ਼ ਹੋ ਗਈ ਜੀ। ਹੁਣ ਜਿਸ ਹਿਸਾਬ ਨਾਲ ਉਹਨੇ ਨੀਲਮ ਨੇ ਕੀਤਾ, ਉਹ ਸਾਰੇ ਦੁਨੀਆ ਨੂੰ ਪਤਾ ਹੀ ਹਲੇ ਵੀ ਉਹਨੇ ਜੋ ਕੀਤਾ ਉਹਨੇ, ਪਰ ਉਹ ਕਿਵੇਂ ਭੁੱਲ ਸਕਦੇ ਹਾਂ ਜੀ ਅਸੀਂ? ਅੱਜ ਜੱਜ ਸਾਹਿਬ ਨੇ ਫੈਸਲਾ ਸੁਣਾ, ਸਾਰੀ ਸੰਗਤ ਦੀਆਂ ਅਰਦਾਸਾਂ ਨੇ, ਅੱਜ ਉਹ ਦਿਨ ਆਇਆ ਜੇ ਵੀ ਆਪਾਂ ਤਾਂ ਹੁਣ ਅਰਦਾਸ ਕਰਦੇ ਹਾਂ ਸੰਗਤ ਦੀ ਵੀ ਅਰਦਾਸ ਵਾਲੀ, ਉਹਨੂੰ ਫਾਂਸੀ ਦੀ ਸਜ਼ਾ ਹੋਵੇ। ਪਰ ਭਾਅ ਜੀ ਚਲੋ, ਜੱਜ ਸਾਹਿਬ ਨੇ ਜਿਹੜਾ ਫੈਸਲਾ ਦੇਣਾ, ਜੋ ਵੀ ਦੇਣਾ, ਉਹ ਇੱਕ ਅਲੱਗ ਗੱਲ ਹੈਗੀ ਹੈ, ਪਰ ਕਿਤੇ ਨਾ ਕਿਤੇ ਅੱਜ ਯਾਦ ਆਉਂਦੀ ਹੈ, ਬੇਟੀ ਯਾਦ ਆਉਂਦੀ ਹੈ, ਬੇਟੀ ਦੇ ਉਹ ਗੱਲਾਂ, ਉਹ ਪਿਆਰ ਕਰਨਾ ਜਦੋਂ ਤੁਸੀਂ ਘਰ ਪਹੁੰਚਦੇ ਸੀ, ਤੁਹਾਨੂੰ ਮਿਲਣਾ। ਜੀ ਉਹ ਤਾਂ ਮੈਂ ਭੁੱਲ ਹੀ ਨਹੀਂ ਸਕਦਾ ਜੀ, ਉਹ ਕਿਵੇਂ ਉਹਨੇ ਇੱਕ, ਤੁਹਾਨੂੰ ਪਤਾ ਇੱਕ ਪਿਓ ਦੇ ਧੀ ਦਾ ਰਿਸ਼ਤਾ ਵੱਖਰਾ ਹੀ ਹੁੰਦਾ ਜੀ, ਇੱਕ ਉਹ ਤਾਂ ਕਦੇ ਵੀ ਨਹੀਂ ਭੁੱਲ ਸਕਦੇ ਜੀ। ਜੋ ਦਿਲੋਂ ਅਟੈਚਮੈਂਟ ਹੁੰਦੀ ਇੱਕ ਪਿਓ ਧੀ ਦੀ ਜੀ, ਇੱਕ ਜੀ ਬਿਲਕੁਲ ਅਸੀਂ ਵੀ ਇਸ ਚੀਜ਼ ਨੂੰ ਸਮਝਦੇ ਹਾਂ ਕਿ ਇੱਕ ਪਿਓ ਲਈ ਇੱਕ ਧੀ ਕਿਸ ਤਰੀਕੇ ਦੀ ਹੁੰਦੀ, ਕਿਉਂਕਿ ਬੜਾ ਲਾਡਾਂ ਨਾਲ ਇੱਕ ਪਿਓ ਆਪਣੀ ਧੀ ਨੂੰ ਪਾਲਦਾ ਵਾ ਔਰ ਬੜੇ ਲਾਡਾਂ ਨਾਲ ਤੁਸੀਂ ਉਸਨੂੰ ਪਾਲ ਵੀ ਰਹੇ ਸੀ ਔਰ ਇੱਕਦਮ ਅਚਾਨਕ ਇਹੋ ਜਿਹਾ ਵਾਕਾ ਹੋਣਾ ਔਰ ਇੱਕ ਸਮੇਂ ਲੱਗਣਾ, ਯਾਦ ਆਉਂਦੀ ਰਹੀ ਇਹ ਦਿਨਾਂ 'ਚ? ਬਿਲਕੁਲ ਜੀ, ਉਹਨੂੰ ਤਾਂ ਹਰ ਟਾਈਮ ਯਾਦ ਕਰਦੇ ਹਾਂ ਜੀ, ਕੋਈ ਦਿਨ ਐਸਾ ਹੈ ਹੀ ਨਹੀਂ ਜਿਸ ਦਿਨ ਉਹਨੂੰ ਨਾ ਯਾਦ ਕਰੀਏ, ਕੋਈ ਮੂਮੈਂਟ ਹੀ ਨਹੀਂ ਹੈ ਜੀ, ਕੋਈ ਪਲ ਨਹੀਂ ਜਿਸ ਟਾਈਮ ਉਹਨਾਂ ਨੂੰ ਨਾ ਯਾਦ ਕਰੀਏ। ਮੈਂ ਤਾਂ ਸੋਚਦਾ ਸੀਗਾ ਜੀ, ਮੈਂ ਘਰ ਵੀ ਗੱਲ ਕਰਦਾ ਹੁੰਦਾ ਸੀ, ਲੀਵੀ ਉਹਨੂੰ ਵੱਡੀ ਹੋ ਕੇ IPS ਬਣਾਵਾਂਗੇ ਜੀ, ਪਰ ਪਤਾ ਨਹੀਂ ਸੀ ਲੀਵੀ ਆਹ ਵੀ ਦਿਨ ਦੇਖਣੇ ਪੈਣਗੇ ਜੀ, ਲੀਵੀ ਉਹਨੇ ਇੱਦਾਂ ਇਹਨੂੰ ਮਾਰ ਦੂਗੀ ਜੀ।
ਜੀ ਬਿਲਕੁਲ। ਅੱਖਾਂ 'ਚ ਆਂਸੂ ਆਉਣਾ ਸੁਭਾਵਿਕ ਹੈ, ਕਿਉਂਕਿ ਇੱਕ ਪਿਓ ਵਾਸਤੇ ਇੱਕ ਧੀ ਸਭ ਤੋਂ ਜ਼ਿਆਦਾ ਅਹਿਮ ਹੁੰਦੀ ਹੈ। ਤੁਸੀਂ ਦੇਖ ਸਕਦੇ ਹੋ ਮਾਂ ਉਸ ਬੇਟੀ ਦੀ ਫੋਟੋ ਲੈ ਕੇ ਖੜੀ ਹੋਈ ਹੈ ਜਿਸ ਨੂੰ ਅੱਜ ਇੱਕ ਇਨਸਾਫ ਮਿਲਣਾ। ਮੈਂ ਕੀ ਕਹਿਣਾ ਚਾਹੂੰਗੀ? ਬਸ ਮੈਂ ਤਾਂ ਇਹੀ ਕਹਿਣਾ ਚਾਹਾਂਗੀ ਸਾਰੇ ਆਪਣੇ ਭੈਣ ਭਰਾਵਾਂ ਨੂੰ ਕਿ ਅਪੀਲ ਕਰੋ ਇਹਨੂੰ ਫਾਂਸੀ ਦੀ ਸਜ਼ਾ ਹੋਵੇ, ਕਿਉਂਕਿ ਇੱਦਾਂ ਦੇ ਕ੍ਰਿਮੀਨਲ ਲੋਕਾਂ ਨੂੰ ਸਮਾਜ ਵਿੱਚ ਰਹਿਣ ਦਾ ਹੱਕ ਨਹੀਂ ਹੋਣਾ ਚਾਹੀਦਾ, ਕਿਉਂਕਿ ਜਿਹੜਾ ਇਨਸਾਨ ਇਹ ਕ੍ਰਾਈਮ ਕਰ ਸਕਦਾ ਨਾ ਉਹ ਬਾਹਰ ਆ ਕੇ ਬਾਕੀ ਸਭ ਕ੍ਰਾਈਮ ਉਹਦੇ ਲਈ ਛੋਟੇ ਆ, ਤਾਂ ਹੀ ਸਭ ਸੇਫ ਆ ਜੇ ਇਹਨੂੰ ਫਾਂਸੀ ਦੀ ਸਜ਼ਾ ਹੋਊਗੀ। ਮੈਂ ਤਾਂ ਇਹੀ ਸਵੇਰ ਤੋਂ ਅਰਦਾਸ ਕਰ ਰਹੀ ਹਾਂ ਕਿ ਬਾਬਾ ਜੀ ਇਹਨੂੰ ਫਾਂਸੀ ਦੀ ਸਜ਼ਾ ਦੇ ਦਿਉ, ਤਾਂ ਕਿ ਇਹਨੂੰ ਪੂਰੇ ਵਰਲਡ ਦੇ ਵਿੱਚ ਇੱਕ ਮਿਸਾਲ ਕਾਇਮ ਹੋ ਜਾਵੇ ਕਿ ਅਗਰ ਆਪਾਂ ਕੋਈ ਕ੍ਰਾਈਮ ਕਰਦੇ ਹਾਂ ਤਾਂ ਉਹਦੀ ਆਪਾਂ ਨੂੰ ਪਨਿਸ਼ਮੈਂਟ ਮਿਲਦੀ ਆ। ਮੋਸਟਲੀ ਕੀ ਹੁੰਦਾ ਵਾ ਆਪਾਂ ਬਹੁਤ ਘੱਟ ਇਨਸਾਫ ਲੋਕਾਂ ਨੂੰ ਮਿਲਦਾ ਵਾ ਨਾ, ਟਾਈਮ ਕਾਫੀ ਲੱਗ ਜਾਂਦਾ ਵਾ, ਬਟ ਦਿਲਰੋਜ਼ ਦੇ ਕੇਸ ਫਸਟ ਟਰੈਕ 'ਤੇ ਸੀਗਾ ਔਰ ਬਹੁਤ ਜਲਦੀ ਇਹਨੂੰ ਸਜ਼ਾ ਸੁਣਾਉਣ ਲੱਗੇ ਨੇ, ਅਤੇ ਬਸ ਇਹੀ ਅਪੀਲ ਆ ਕਿ ਫਾਂਸੀ। ਮਾਂ ਉਹ 9 ਮਹੀਨੇ ਪਹਿਲਾਂ ਕੁੱਖ 'ਚ ਪਾਲਿਆ, ਫਿਰ ਉਸ ਤੋਂ ਬਾਅਦ ਕਾਫੀ ਸਮੇਂ ਤੁਹਾਡੇ ਕੋਲ ਰਹੀ, ਯਾਦ ਆਉਂਦੀ ਹੈ, ਗੱਲਾਂ ਯਾਦ ਆਉਂਦੀਆਂ। ਮੈਂ ਸਕੂਲ ਭੇਜਣਾ, ਤਿਆਰ ਕਰਨਾ, ਉਹਦੇ ਕੱਪੜੇ ਚੇਂਜ ਕਰਨਾ, ਇਹ ਸਭ ਸੁਪਨੇ ਰਹਿ ਗਏ ਹੈ ਨਾ। ਸਕੂਲ ਤਾਂ ਉਹ ਹਜੇ ਉਹਦੀ ਸਟਾਰਟਿੰਗ ਹੋਣੀ ਸੀ ਅਪ੍ਰੈਲ ਵਿੱਚ, ਇਹ ਸਭ ਕਰਨ ਵਾਸਤੇ ਬਹੁਤ ਵੱਡਾ ਜਿਗਰਾ ਚਾਹੀਦਾ, ਬਹੁਤ ਵੱਡਾ ਜਿਗਰਾ ਚਾਹੀਦਾ ਇੱਕ ਫੋਟੋ ਪਕੜਨ ਵਾਸਤੇ। ਰੀਅਲੀ ਮੈਂ ਆਪਣੇ ਆਪ ਨੂੰ ਸਟੇਬਲ ਕੀਤਾ ਸਿਰਫ ਇਹਨੂੰ ਇਨਸਾਫ ਦਿਵਾਉਣ ਲਈ ਹੈ ਨਾ, ਅਤੇ ਮੈਂ ਚਾਹੁੰਦੀ ਹਾਂ ਮੇਰੇ ਬੱਚੇ ਨੂੰ ਇਨਸਾਫ ਮਿਲੇ, ਬਸ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਉਹਨੂੰ। ਆਂਸੂ ਹੈ ਮਾਂ ਦੇ, ਆ ਉਹ ਆਂਸੂ ਅਕਸਰ ਬੱਚਾ ਨਹੀਂ ਦੇਖ ਪਾਉਂਦਾ, ਕੋਈ ਵੀ ਨਹੀਂ ਦੇਖ ਪਾਉਂਦਾ। ਅਸੀਂ ਵੀ ਤੁਹਾਡੇ ਨਾਲ ਗੱਲ ਕਰ ਰਹੇ ਹਾਂ, ਸਾਨੂੰ ਖੁਦ ਨੂੰ ਬੜਾ ਇੱਕ ਅਜੀਬ ਫੀਲ ਹੋ ਰਿਹਾ ਵਾ, ਬੜਾ। ਪਰ ਇਹਨਾਂ ਆਂਸੂਆਂ ਦੇ ਵਿੱਚ ਕਿਤਨਾ ਕਿਤੇ ਇੱਕ ਮਮਤਾ ਵੀ ਛੁਪੀ ਹੋਈ ਹੈ। ਬਿਲਕੁਲ ਬਿਲਕੁਲ, ਉਹ ਤਾਂ ਹੈ ਇੱਕ ਬੱਚੇ ਨੂੰ ਇਨਸਾਫ ਦਿਵਾਉਣ ਲਈ ਇੱਕ ਮਦਰ, ਜੇ ਮੈਂ ਸਟੇਬਲ ਹੋਈ ਹਾਂ ਤਾਂ ਸਿਰਫ ਉਹਨੂੰ ਇਨਸਾਫ ਦਿਵਾਉਣ ਵਾਸਤੇ ਸਟੇਬਲ ਹੋਈ ਹਾਂ, ਤਾਂ ਮੈਨੂੰ ਲੱਗਦਾ ਵਾ ਇਹ ਜ਼ਰੂਰੀ ਸੀ, ਇਹ ਜ਼ਰੂਰੀ ਸੀ, ਨਹੀਂ ਤਾਂ ਇੱਦਾਂ ਦੇ ਕ੍ਰਾਈਮ ਬਹੁਤ, ਜੇ ਅਸੀਂ ਹਿੰਮਤ ਹਾਰ ਜਾਵਾਂਗੇ ਤਾਂ ਬਹੁਤ ਕ੍ਰਾਈਮ ਵਧੂਗਾ ਨਾ। ਮੈਨੂੰ ਲੱਗਦਾ ਹੈ ਕਿ ਅਗਰ ਕਿਸੇ ਨਾਲ ਗਲਤ ਹੁੰਦਾ ਤਾਂ ਉਹਨੂੰ ਆਵਾਜ਼ ਉਠਾਉਣੀ ਚਾਹੀਦੀ ਆ ਨਾ। ਪੂਰਾ ਵਰਡ ਖੜ੍ਹਾ ਮੇਰੇ ਨਾਲ, ਸਭ ਦੀਆਂ ਅਰਦਾਸਾਂ ਨੇ ਨਾ ਸਵੇਰ ਤੋਂ, ਅਤੇ ਬਸ ਇਹੀ ਅਰਦਾਸ ਆ ਹੁਣ ਕਿ ਜਲਦੀ ਤੋਂ ਜਲਦੀ ਫੈਸਲਾ ਆਵੇ ਔਰ ਇੱਕ ਮਿਸਾਲ ਬਣ ਜਾਵੇ, ਇਤਿਹਾਸਿਕ ਫੈਸਲਾ ਹੋਵੇ ਇੱਕ ਛੋਟੇ ਬੱਚੇ ਨਾਲ ਕ੍ਰਾਈਮ ਕਰਨ ਦਾ। ਕਈ ਵਾਰੀ ਕੋਰਟ 'ਚ ਤੁਸੀਂ ਆਏ ਹੋਵੋਗੇ, ਕਈ ਵਾਰੀ ਉਹ ਦੋਸ਼ੀ ਤੁਹਾਡੇ ਅੱਖਾਂ ਦੇ ਅੱਗੇ ਨਿਕਲੀ ਹੋਊਗੀ, ਉਸ ਵੇਲੇ ਮਾਂ ਦਾ ਮਨ ਕੀ ਕਰਦਾ ਸੀ, ਉਸ ਵੇਲੇ ਕੀ ਮਨ ਦੇ ਵਿੱਚ ਆਉਂਦਾ ਸੀ ਕਿ ਮੈਂ ਇਹਨੂੰ ਕੀ ਕਰ ਦੇਵਾਂ? ਬਸ ਨਹੀਂ, ਮਨ 'ਚ ਤਾਂ ਬਹੁਤ ਕੁਛ ਆਉਂਦਾ, ਪਰ ਆਪਾਂ ਕਾਨੂੰਨ ਦੀਆਂ ਹੱਦਾਂ ਵਿੱਚ ਰਹਿਣਾ ਬਹੁਤ ਜ਼ਰੂਰੀ ਆ ਨਾ। ਅਗਰ ਆਪਾਂ ਵੀ ਕੁਛ, ਬਿਲਕੁਲ, ਜੇ ਆਪਾਂ ਵੀ ਕੁਛ ਗਲਤ ਕਰਾਂਗੇ ਤਾਂ ਫਿਰ ਕੋਈ ਮੈਨੂੰ ਲੱਗਦਾ ਕੋਈ ਫਰਕ ਨਹੀਂ ਉਹਦੇ ਵਿੱਚ ਨਾ ਅਤੇ ਮੇਰੇ ਵਿੱਚ। ਮੈਂ ਬਹੁਤ ਸਬਰ ਕੀਤਾ ਹੋਇਆ ਨਾ ਕਾਨੂੰਨ ਦੇ ਉੱਪਰ, ਮੇਰਾ ਪੂਰਾ ਵਿਸ਼ਵਾਸ ਸੀ ਔਰ ਹੁਣ ਵੀ ਹੈ, ਜੋ ਕਰੂੰ ਸਭ ਸਹੀ ਹੋਊਗਾ। ਕਾਨੂੰਨ 'ਤੇ ਵਿਸ਼ਵਾਸ ਹੈ ਔਰ ਕਾਨੂੰਨ ਦਾ ਅੱਜ ਫੈਸਲਾ ਆਉਣਾ ਵੈ, ਔਰ ਮੰਗ ਇੱਕੋ ਇੱਕ ਕਿ ਫਾਂਸੀ ਦੀ ਸਜ਼ਾ। ਇਹ ਤਾਂ ਹੁਣ ਕਾਨੂੰਨ ਦੇਖੂਗਾ ਕਿ ਉਸ ਦੋਸ਼ੀ ਨੂੰ ਕੀ ਸਜ਼ਾ ਦੇਣੀ ਹੈ ਔਰ ਕੀ ਸਜ਼ਾ ਮਿਲਣੀ ਚਾਹੀਦੀ ਹੈ। ਲੁਧਿਆਣਾ ਤੋਂ ਰੋਹਿਤ ਗੋੜ, ਨਿਊਜ਼ 18।